ਕਰ ਦੁਸ਼ਟੀ ਚੋਰ ਚੁਰਾਇਆ
ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਪਰਮੇਸ਼ਰ ਦਿੱਤਾ ਬੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਿਨਸ਼ਾਹ ਆਲਮ ਵਾਲੀਏ ਦੋ ਜਹਾਂ ਲੋਕ ਪਰਲੋਕ ਕੇ ਸਹਾਇਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਮਨ ਕਰਕੇ ਤਥਾ ਤਨ ਕਰਕੇ ਸੁਰਤੀ ਤਥਾ ਬਿਰਤੀ ਕਰਕੇ ਸਰੀਰ ਦੀ ਨੇੜਤਾਈ ਤਥਾ ਦੂਰੀ ਤਥਾ ਸੁਰਤੀ ਦੀ ਬਿਰਤੀ ਦੀ ਨੇੜਤਾਈ ਕਰਕੇ ਜੁੜ ਬੈਠੇ ਸਮੂਹ ਗੁਰਸਿੱਖ ਮਾਈ ਭਾਈ ਸਾਧ ਸੰਗਤ ਜੀਓ ਸ਼ਨਸ਼ਾਏ ਦਾ ਤਰ ਪਿਤਾ ਜੀ ਦਾ ਜਿੰਨਾ ਵੀ ਧੰਨਵਾਦ ਕਰ ਲਈਏ ਓਨਾ ਹੀ ਥੋੜ੍ਹਾ ਹੈ ਜੋ ਸਾਡੇ ਤੁਹਾਡੇ 'ਤੇ ਹਰ ਰੋਜ਼ ਬਖਸ਼ਿਸ਼ ਕਰਦੇ ਨੇ ਸਾਨੂੰ ਤੁਹਾਨੂੰ ਨਿੱਤ ਦੇ ਭੁੱਲਣ ਹਾਰਿਆਂ ਨੂੰ ਭਟਕਣ ਹਾਰਿਆਂ ਨੂੰ ਅਨੇਕਾਂ ਪਦਾਰਥ ਪ੍ਰਾਪਤ ਕਰਕੇ ਫਿਰ ਚੇਤਾ ਭੁਲਾਉਣ ਵਾਲਿਆਂ ਨੂੰ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਬਹੁਤੀ ਵਾਰੀ ਸ਼ੁਕਰਾਨਾ ਕਰਨ ਦੀ ਬਜਾਏ ਉਲਟਾ ਮਾਲਕ 'ਤੇ ਕਈ ਪ੍ਰਕਾਰ ਦੇ ਦੋਸ਼ ਲਾਉਣ ਵਾਲਿਆਂ ਨੂੰ ਵੀ ਅਸੀਂ ਤਾਂ ਚੰਗੇ ਹਾਂ ਉਹ ਖਰੇ ਸਾਨੂੰ ਕਿਉਂ ਦੁਖੀ ਕਰਦਾ ਹੈ। ਕਈ ਵਾਰੀ ਇੱਦਾਂ ਦਾ ਖਿਆਲ ਵੀ ਮਨ ਵਿੱਚ ਆ ਜਾਂਦਾ ਹੈ ਵੀ ਸਾਨੂੰ ਦੁਖੀ ਕਰਕੇ ਉਹਨੂੰ ਕੀ ਮਿਲਦਾ ਹੈ। ਤੁਸੀਂ ਦੱਸੋ ਖਾਂ ਵੀ ਕੋਈ ਮਾਂ ਬਾਪ ਆਪਣੇ ਬੱਚੇ ਨੂੰ ਦੁਖੀ ਕਰਕੇ ਸੁਖੀ ਹੁੰਦਾ ਹੈ ਕਿ ਪਰੇਸ਼ਾਨ ਹੁੰਦਾ ਹੈ। ਕੋਈ ਸਿਆਣਾ ਇਨਸਾਨ ਆਪਣੇ ਹੱਥ ਵਾਲੀ ਕਰਦ ਨਾਲ ਆਪਣਾ ਗਿੱਟਾ ਗੋਡਾ ਉਂਗਲੀ ਵੱਢ ਕੇ ਕੋਈ ਖੁਸ਼ ਹੁੰਦਾ ਹੈ ਕਿ ਸੁੱਖ ਹੁੰਦਾ ਹੈ ਉਹਨੂੰ ਦੁੱਖ ਹੁੰਦਾ ਹੈ। ਪੰਜਵੇਂ ਸਤਿਗੁਰੂ ਜੀ ਦਾ ਬਚਨ ਜਦੋਂ ਕਿਧਰੇ ਜਿਹਨੇ ਨਸ਼ੀਨ ਹੁੰਦਾ ਹੈ ਅਤੇ ਕੁਝ ਇਸ ਤਰ੍ਹਾਂ ਦਾ ਪ੍ਰਤੀਤ ਕਰਦਾ ਹਾਂ ਮੇਰੇ ਦਾਤਾਰ ਜੀ ਸਾਨੂੰ ਤੁਹਾਨੂੰ ਸਮਝਾਉਂਦੇ ਨੇ ਇਹ ਸ੍ਰਿਸ਼ਟੀ ਸਗਲ ਸਮੱਗਰੀ ਜਾਕਾ ਤਨਾ ਗੁਰਮਤਿ ਦੀ ਨਿਗਾਹ ਵਿੱਚ ਸਾਰੀ ਸ੍ਰਿਸ਼ਟੀ ਪਰਮਾਤਮਾ ਦਾ ਸਰੀਰ ਹੈ ਵਜੂਦ ਹੈ। ਅਸੀਂ ਇਕੱਲੇ ਹੱਡੀਆਂ ਦੇ ਨਹੀਂ ਸਾਡੀ ਹੋਂਦ ਇਕੱਲੀਆਂ ਨਾੜਾਂ ਕਰਕੇ ਨਹੀਂ ਸਾਡੇ ਵਜੂਦ ਦਾ ਸਬੂਤ ਇਕੱਲੇ ਲਹੂ ਕਰਕੇ ਨਹੀਂ ਅਨੇਕਾਂ ਪ੍ਰਕਾਰ ਦੇ ਸੈੱਲ ਕਰੋੜਾਂ ਪ੍ਰਕਾਰ ਦੇ ਤੰਤੂ ਅਨੇਕਾਂ ਪ੍ਰਕਾਰ ਦੇ ਸਾਡੇ ਜਿਸਮ ਦੇ ਪਾਰਟ ਜਿਹਦਾ ਇੱਕ ਇੱਕ ਪਾਰਟ ਪਤਾ ਨਹੀਂ ਕਿੰਨਾ ਕਿੰਨਾ ਕੀਮਤੀ ਹੈ। ਇੱਥੇ ਆਣ ਕੇ ਕਈ ਵਾਰੀ ਵਿਚਾਰ ਦੇ ਦਿਆ ਕਰਦਾ ਕਿ ਕੋਈ ਬੰਦਾ ਕਿਸੇ
ਰੱਬੀ ਪਿਆਰ ਵਾਲੇ ਦੀ ਸਿਫਤ ਸੁਣ ਬੈਠਾ ਵੀ ਉਹ ਅਮੀਰ ਬਣਾ ਦਿੰਦਾ ਹੈ। ਉਹ ਵੀ ਉਹਦੇ ਕੋਲ ਚਲਿਆ ਜਾਂਦਾ ਵੀ ਮੈਨੂੰ ਵੀ ਅਮੀਰ ਕਰ ਦਿਓ। ਹੁਣ ਉਹ ਸਿਆਣਾ ਪੁਰਖ ਸੀ, ਉਹਨੂੰ ਕਹਿੰਦਾ ਤੂੰ ਤਾਂ ਪਹਿਲਾਂ ਹੀ ਬੜਾ ਅਮੀਰ ਹੈ, ਜੇ ਮੇਰੇ ਕੋਲੋਂ ਅਮੀਰੀ ਚਾਹੁੰਦਾ ਤਾਂ ਕੁਝ ਦੇ। ਵਖਣ ਲੱਗਾ ਮੈਂ ਤਾਂ ਗਰੀਬ ਹੈ, ਮੇਰੇ ਵਰਗਾ ਤਾਂ ਗਰੀਬ ਦੁਨੀਆਂ 'ਚ ਕੋਈ ਨਹੀਂ, ਮੇਰੇ ਕੋਲ ਕੱਖ ਨਹੀਂ ਹੈ। ਉਹਨੇ ਫਿਰ ਉਹਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਵੇਖ ਕੇ ਆਖਿਆ ਤੇਰੇ ਕੋਲ ਤਾਂ ਬਹੁਤ ਕੁਝ ਹੈ। ਆਖਣ ਲੱਗਾ ਬਿਲਕੁਲ ਨਹੀਂ, ਤੁਹਾਨੂੰ ਭੁਲੇਖਾ ਲੱਗਦਾ। ਉਹ ਕਹਿੰਦੇ ਚੱਲ ਅੱਛਾ ਇੱਦਾਂ ਕਰ, ਇੱਕ ਅੱਖ ਦੇ ਦੇ, ਉਹਦੇ ਬਦਲੇ 'ਚ ਤੈਨੂੰ ਮੈਂ ਰੁਪਈਆ ਲੱਖ ਦੇ ਦਿੰਦਾ। ਹੁਣ ਸੁਰਤੀ ਨੇ ਕੰਮ ਕੀਤਾ ਵੀ ਜੇ ਅੱਖ ਦੇ ਦਿੱਤੀ ਤਾਂ ਅੱਖ ਕਿਤੇ ਮੁੱਲ 'ਤੇ ਨਹੀਂ ਨਾ ਵਿਕਦੀ, ਦੂਜਾ ਅੱਖ ਦੇ ਦਿਆਂਗਾ। ਲੋਕ ਮੈਨੂੰ ਬੇਵਕੂਫ ਆਖਣਗੇ ਵੀ ਮਿੱਤਰਾ ਅੱਖ ਦੇ ਬਦਲੇ 'ਚ ਕਿਤੇ ਲੱਖ ਦੇ ਬਦਲੇ 'ਚ ਅੱਖ ਵਿਕਦੀ, ਇਹ ਤਾਂ ਰੱਬੀ ਦਾਤ ਹੈ। ਕਹਿੰਦਾ ਜੀ ਇਹ ਨਹੀਂ ਦੇ ਸਕਦਾ। ਉਹ ਕਹਿੰਦੇ ਚੱਲ ਇੱਕ ਬਾਂਹ ਦੇ ਦੇ। ਕਰਦਿਆਂ ਕਰਦਿਆਂ ਪੈਰ ਦੇ ਅੰਗੂਠੇ ਤੱਕ ਆ ਗਏ। ਆਖਣ ਲੱਗਾ ਵੀ ਬਿਲਕੁਲੋਂ ਨਹੀਂ ਦੇਣ ਨੂੰ ਤਿਆਰ, ਫਿਰ ਮੇਰੇ ਜਿਸਮ ਦਾ ਅੰਗ ਹੈ, ਇਹ ਪੈਸਿਆਂ ਨਾਲ ਨਹੀਂ ਲੱਗ ਸਕਦਾ, ਲੱਗੇਗਾ ਵੀ ਤਾਂ ਡੁਪਲੀਕੇਟ ਹੋਏਗਾ, ਨਕਲੀ ਹੋਏਗਾ। ਫਿਰ ਉਹ ਆਖਣ ਲੱਗੇ ਭਾਈ ਤੂੰ ਤਾਂ ਨਾ ਮੈਂ ਗਰੀਬ ਬਣਾਂ ਜਿਹਦੇ ਇੱਕ ਇੱਕ ਪਾਰਟ ਦੀ ਕੀਮਤ ਕੋਈ ਨਹੀਂ, ਇੰਨਾ ਕੁਝ ਸਾਨੂੰ ਰੱਬ ਨੇ ਦੇ ਕੇ ਤੋਰਿਆ, ਫਿਰ ਵੀ ਅਸੀਂ ਕਈ ਵਾਰੀ ਕਹਿੰਦੇ ਅਸੀਂ ਗਰੀਬ ਹਾਂ, ਅਸੀਂ ਕੰਗਾਲ ਹਾਂ, ਅਸੀਂ ਸਾਡੇ ਕੋਲ ਕੁਝ ਨਹੀਂ ਹੈ। ਮੇਰੇ ਦਾਤਾ ਜੀ ਨੇ ਪਾਵਨ ਬਚਨ ਰੱਖੇ ਨੇ ਸੁਖਮਨੀ ਸਾਹਿਬ 'ਚ, ਦਸ ਵਸਤੂਲੇ ਪਾਛੇ ਪਾਵੇ ਸ਼ਿਕਸ਼ਾ ਦੀ, ਨਾ ਭੁੱਲਦਾ ਹੋਵਾਂ ਤੇ ਪੁਸਤਕ ਗੁਲਿਸ਼ਤਾਂ। ਉਹ ਕਹਿੰਦੇ ਵੇਖ ਜਿਹਦੇ ਵੱਲ ਵੇਖ ਕੇ ਤੂੰ ਹੱਸ ਰਿਹਾ ਨਾ, ਫਰਕ ਇੱਕੋ ਹੀ ਹੈ, ਤੇਰੇ ਦਸੇ ਦੁਆਰੇ ਸਹੀ ਸਲਾਮਤ ਨੇ, ਉਹਦਾ ਦਸਵਾਂ ਦੁਆਰਾ ਥੋੜ੍ਹਾ ਜਿਹਾ ਢਿੱਲਾ ਹੋ ਗਿਆ, ਜਿਹਨੂੰ ਅਸੀਂ ਤੁਸੀਂ ਪਾਗਲ ਆਖ ਦਿੰਦੇ ਹਾਂ। ਸਰੀਰ ਦਾ ਸਾਜ ਤਾਂ ਉਹਦੇ ਕੋਲ ਵੀ ਹੈ ਨਾ, ਇਹ ਵਾਜਾ ਉਹਦੇ ਕੋਲ ਵੀ ਹੈ, ਪਰ ਅਸੀਂ ਸਿਰਫ ਇਹ ਵੀ ਉਹਨੂੰ ਸੁਰ ਕਰਨ ਦੀ ਜਾਂਚ ਨਹੀਂ। ਉਹ ਜਿੰਨੇ ਜਾਂਚ ਦੱਸਣੀ ਸੀ ਉਹ ਦਸਵਾਂ ਪੁਰਜਾ ਥੋੜ੍ਹਾ ਜਿਹਾ ਢਿੱਲਾ ਹੋ ਗਿਆ, ਜਿਹਦੇ ਕਰਕੇ ਉਹਦੀ ਸੁੰਦਰਤਾ, ਉਹਦੇ ਹੱਥਾਂ ਦੀ ਪਕੜ, ਉਹਦੇ ਪੈਰਾਂ ਦੀ ਤੋਰ, ਉਹਦੀ ਜ਼ਬਾਨ ਦਾ ਬੋਲਣਾ, ਉਹਦੇ ਕੰਨਾਂ ਦਾ ਸੁਣਨਾ, ਉਹਦੀ ਜ਼ਿੰਦਗੀ ਦੀ ਹਰਕਤ ਹਰਾਰਤ ਉਹਨੂੰ ਸੁੱਖ ਦੇਣ ਦੀ ਬਜਾਏ ਕਈ ਵਾਰੀ ਦੁੱਖ ਦੇ ਦਿੰਦੀ। ਉਹ ਸਾਡੇ ਖਿਆਲਾਂ 'ਤੇ ਪੂਰਾ ਨਹੀਂ ਉਤਰਦਾ, ਇਸ ਕਰਕੇ ਅਸੀਂ ਉਹਨੂੰ ਪਾਗਲ ਕਹਿ ਦਿੰਦੇ ਹਾਂ। ਫਿਰ ਤੁਸੀਂ ਦੱਸੋ ਵੀ ਤੁਹਾਨੂੰ ਪਾਗਲ 'ਤੇ ਤਰਸ ਨਹੀਂ ਆਉਂਦਾ? ਜੇ ਤਰਸ ਨਹੀਂ ਆਉਂਦਾ ਤਾਂ ਤੁਸੀਂ ਕਾਹਦੇ ਬਾਬਾ ਨਾਨਕ ਦੇ ਸਿੱਖ ਹੋਏ? ਕਿਉਂਕਿ ਬਾਬਾ ਤਾਂ ਕਹਿੰਦਾ ਜੇ ਦਇਆ ਨਹੀਂ ਆਈ ਤਾਂ ਧਰਮ ਨਹੀਂ ਆਉਣਾ, ਜੇ ਧਰਮ ਨਾ ਆਇਆ ਜ਼ਿੰਦਗੀ ਸਫਲ ਨਹੀਂ ਹੋਣੀ। ਫਿਰ ਇੱਕ ਸੰਸਾਰ ਦੇ ਪਾਗਲ 'ਤੇ ਉਹਦੇ ਰਿਸ਼ਤੇਦਾਰ, ਉਹਦੇ ਬਰਾਦਰੀ ਵਾਲੇ, ਉਹਦੇ ਭਾਈਚਾਰੇ ਵਾਲੇ, ਉਹਨੂੰ ਦੇਖਣ ਵਾਲੇ, ਉਹਦੇ ਨਾਲ ਥੋੜ੍ਹਾ ਬਹੁਤਾ ਮੋਹ ਕਰਨ ਵਾਲੇ ਹਰ ਕੋਸ਼ਿਸ਼ ਕਰਦੇ ਨੇ, ਇਹਨੂੰ ਸਿਆਣੇ ਡਾਕਟਰ ਕੋਲ ਰਹਿ ਜਾਓ, ਇਹਨੂੰ ਉਹ ਚੀਜ਼ ਨਾ ਦਿਓ ਜਿਹਦੇ ਕਰਕੇ ਇਹਨੂੰ ਦੌਰਾ ਪੈਂਦਾ ਹੈ।
ਉਸ ਰੰਗ ਤੋਂ ਇਹਨੂੰ ਪਰੇ ਕਰ ਲਓ ਜਿਹਦੇ ਦੇਖਣੇ ਕਰਕੇ ਪਾਗਲ ਹੋ ਜਾਂਦਾ ਹੈ। ਕੋਸ਼ਿਸ਼ ਕਰਦੀ ਹੈ ਨਾ ਜੀ, ਲੋੜ ਹੈ ਇੱਕਵੀਂ ਸਦੀ ਵਿੱਚ ਦਾਖਲ ਹੋਏ ਮਨੁੱਖ ਵਾਸਤੇ ਧਰਮ ਦੀ ਅਤਿ ਜ਼ਰੂਰਤ ਹੈ, ਵਰਨਾ ਨਹੀਂ ਤੇ ਪਾਗਲ ਹੋਇਆ ਬੰਦਾ ਕਿਸੇ ਵੇਲੇ ਬਟਨ ਦਬਾ ਦਿੱਤਾ ਤੇ ਦੁਨੀਆ ਤਬਾਹ ਕਰਕੇ ਰੱਖ ਦੇਗਾ। ਇੰਨਾ ਖਤਰਨਾਕ ਮਨੁੱਖ ਆਦਿ ਕਾਲ ਵਿੱਚ ਸੱਚ ਪੁੱਛੋ ਜੰਗਲ ਬੇਲੀਆਂ ਵਿੱਚ ਨਹੀਂ ਸੀ। ਉਹ ਵੱਧ ਤੋਂ ਵੱਧ ਪੱਥਰ ਮਾਰਦਾ ਸੀ ਤੇ ਕਿਸੇ ਜੀਵ ਦੀ ਹੱਤਿਆ ਕਰਦਾ ਸੀ। ਇਹ ਮਨੁੱਖ ਕੋਲ ਇਹੋ ਜਿਹੇ ਮਾਰੂ ਹਥਿਆਰ ਆ ਗਏ ਨੇ, ਜਿਸ ਦਿਨ ਚੱਲ ਗਏ ਰੱਬ ਨਾ ਕਰੇ ਕੋਈ ਸੁੱਤਾ ਸੁੱਤਾ ਰਹਿ ਜਾਏਗਾ, ਕੋਈ ਜਾਗਦਾ ਜਾਗਦਾ ਰਹਿ ਜਾਏਗਾ। ਕਈ ਵਾਰੀ ਆਖ ਦਿੰਦੇ ਨੇ ਗਿਆਨੀ ਜੀ ਇੱਕਵੀਂ ਸਦੀ ਜੀ ਚਲੇ ਗਏ, ਹੁਣ ਧਰਮ ਦੀ ਕੀ ਲੋੜ ਹੈ, ਹੁਣ ਤੇ ਬੜਾ ਕੁਝ ਐਸਾ ਜਿਹੜਾ ਬਿਨਾਂ ਧਰਮ ਤੋਂ ਮਿਲ ਜਾਂਦਾ ਹੈ। ਪਰ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਅੱਜ ਦੀ ਯੁੱਗ ਵਿੱਚ ਸ਼ੈਤ ਆਦਿ ਮਨੁੱਖ ਨੂੰ ਓਨੀ ਗਿਆਨ ਦੀ ਸੁਖਤੀ ਜਾਂ ਸੋਝੀ ਦੀ ਲੋੜ ਨਹੀਂ ਸੀ ਜਿੰਨੀ ਅੱਜ ਦੇ ਵਿਗੜੇ ਹੋਏ ਮਨੁੱਖ ਨੂੰ ਲੋੜ ਹੈ। ਜਿੰਨੇ ਹਥਿਆਰ ਬਣਾਏ ਮਨੁੱਖ ਦੀ ਪ੍ਰੋਟੈਕਸ਼ਨ ਵਾਸਤੇ ਬਣਾਏ ਗਏ, ਰੱਖਿਆ ਵਾਸਤੇ ਬਣਾਏ ਗਏ, ਪਰ ਜਿੰਨੇ ਚੱਲੇ ਨੇ ਮਨੁੱਖ ਦੀ ਤਬਾਹੀ ਵਾਸਤੇ ਚੱਲੇ ਨੇ, ਰੱਖਿਆ ਕਿੱਥੇ ਹੋਈ ਹੈ ਜੀ? ਹੁਣ ਇੱਕ ਪਾਸਾ ਹੈ, ਧਰਮ ਬਹੁਤ ਤਰੱਕੀ ਕਰ ਗਏ ਨੇ, ਪਰ ਗੁਸਤਾਖੀ ਦੀ ਮੁਆਫ਼ੀ ਜੇ ਮੈਂ ਕਹਿ ਦਿਆਂ ਤੇ ਇੰਨਾ ਸਿਮਰਨ ਸਤਿਗੁਰੂ ਪਾਤਸ਼ਾਹ ਜੀ ਦੇ ਵੇਲੇ ਨਹੀਂ ਸੀ, ਇੰਨੀ ਬੰਦਗੀ ਗੁਰੂ ਕਾਲ ਦੇ ਸਮੇਂ 'ਚ ਨਹੀਂ ਪ੍ਰਤੀਤ ਹੁੰਦੀ, ਇੰਨਾ ਦਇਆ ਦਾਨ, ਇੰਨੇ ਪਰਉਪਕਾਰ, ਇੰਨੇ ਲੰਗਰ, ਇੰਨੀਆਂ ਕਥਾਵਾਂ, ਇੰਨੇ ਕੀਰਤਨ ਦਰਬਾਰ, ਇੰਨੇ ਧਰਮੀ ਬੰਦੀਆਂ ਦੀ ਚਰਚਾ ਸ਼ਾਇਦ ਬਾਬਾ ਨਾਨਕ ਜੀ ਦੇ ਵੇਲੇ ਨਾ ਹੋਵੇ। ਪਰ ਜਿਸ ਧਰਮ ਨੇ ਪਿਆਰ ਸਿਖਾਉਣਾ ਸੀ ਉਹ ਕੋਈ ਧਰਮ ਈਰਖਾ ਦੇ ਵਾਸਤੇ ਇੱਕ ਦੂਜੇ ਦੀ ਪੱਗ ਨੂੰ ਹੱਥ ਪਾਈ ਖਲੋਤਾ ਹੈ ਜੀ। ਫਿਰ ਇੱਥੇ ਆਣ ਕੇ ਆ ਜਾਂਦਾ ਹੈ, ਜ਼ਰੂਰਤ ਹੈ ਅੱਜ ਹੋਰ ਵੀ ਜ਼ਿਆਦਾ ਕਥਾਵਾਂ ਦੀ, ਜ਼ਰੂਰਤ ਹੈ ਅੱਜ ਹੋਰ ਵੀ ਗੁਰੂ ਦੇ ਨੇੜੇ ਹੋਣ ਦੀ, ਕਿਉਂਕਿ ਜੇ ਦਇਆ ਹਿਰਦੇ ਵਿੱਚ ਨਹੀਂ ਆਈ, ਹੁਣ ਤੁਸੀਂ ਆਖੋ ਸਾਨੂੰ ਕਹਿਣ ਦਾ ਕੀ ਮਤਲਬ, ਕਿਸੇ ਦੇ ਭਰਾ ਦਾ ਦਸਮ ਦੁਆਰ ਢਿੱਲਾ ਵੀ ਉਹ ਡਾਕਟਰ ਲੱਭਦਾ ਫਿਰਦਾ ਹੈ। ਤੁਸੀਂ ਪੜ੍ਹੋ ਖਾਂ ਦੇ ਜਿਹੜੇ ਪਾਤਸ਼ਾਹ ਦਾ ਤੁਸਾਂ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾਇਆ, ਕੀ ਉਹਦਾ ਉਪਦੇਸ਼ ਨਹੀਂ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ, ਕੀ ਅਸੀਂ ਪਛਾਣਦੇ ਹਾਂ? ਸਾਨੂੰ ਤੇ ਸਿੱਖਾਂ ਚੋਂ ਇੱਕ ਸਿੱਖ ਨਜ਼ਰ ਨਹੀਂ ਆਉਂਦਾ, ਆਪਣੀ ਆਪਣੀ ਪਾਰਟੀ, ਆਪਣੀ ਆਪਣੀਆਂ ਸੰਪਰਦਾਵਾਂ, ਆਪਣੇ ਆਪਣੇ ਡੇਰੇ, ਆਪਣਾ ਆਪਣਾ ਪੱਖੀ ਸਾਡੇ ਕੋਲ ਹੈ। ਗੁਸਤਾਖੀ ਦੀ ਮੁਆਫ਼ੀ ਪਿਆਰੇ ਹੋ, ਯਾਦ ਰੱਖੋ ਇੱਕ ਬੇਨਤੀ ਕਰਿਆ ਕਰਦਾ, ਅਣਜਾਣ ਬੰਦਾ ਗਲਤੀ ਕਰੇਗਾ ਤੇ ਨੁਕਸਾਨ ਥੋੜਾ ਹੋਏਗਾ, ਜਦੋਂ ਦੁਨੀਆਂ ਦਾ ਬਾਦਸ਼ਾਹ ਗਲਤੀ ਕਰੇਗਾ ਦੋ ਸਲਤਨਤਾਂ ਦੀ ਤਬਾਹੀ ਹੋ ਜਾਏਗੀ। ਆਮ ਬੰਦਾ ਈਰਖਾ ਕਰੇ ਤੇ ਸੱਚ ਪੁੱਛੋ ਉਨੀ ਖਤਰਨਾਕ ਨਹੀਂ ਹੈ, ਜਿੰਨਾ ਧਰਮੀ ਬੰਦਾ ਈਰਖਾ ਕਰੇ ਤੇ ਉਹ ਵੱਖ ਵੱਖ ਸਿੱਖਾਂ ਦੀਆਂ ਲੜਾਈਆਂ ਕਰਾ ਕੇ ਪੱਗਾਂ ਲਵਾ ਕੇ ਗੁਰੂ ਕੀ ਹਜ਼ੂਰੀ 'ਚ ਸਟਵਾ ਦੇਗਾ। ਜਿੱਥੇ ਆਣ ਕੇ ਪਿਆਰ ਦਾ ਪਾਠ ਸਿੱਖਣਾ ਸੀ, ਉੱਥੇ ਆਣ ਕੇ ਅਸੀਂ ਈਰਖਾ ਪੈਦਾ ਕਰਦੇ, ਗੁਸਤਾਖੀ ਮਾਫ। ਸਾਡੇ ਕੀਰਤਨ ਨੇ, ਸਾਡੇ ਸਿਮਰਨ ਨੇ, ਸਾਡੇ ਨਿਤਨੇਮ ਨੇ, ਸਾਡੀ ਕੌਮੇ ਨੇ ਸੱਚ ਪੁੱਛੋ ਸਾਡੇ ਲੰਗਰ ਵੀ ਵੰਡ ਕੇ ਰੱਖ ਦਿੱਤੇ। ਜਿੱਥੇ ਆਣ ਕੇ ਅਸਾਂ ਪੰਚ ਰਸਾਉਣੇ ਸੀ, ਪੰਚ ਗਵਾਉਣੇ ਸੀ, ਉੱਥੇ ਆਣ ਕੇ ਅਸੀਂ ਪੰਚ ਪੱਕੇ ਕੀਤੇ। ਸਾਡੇ ਸਿਮਰਨ ਤੇ ਵੀ ਹੰਕਾਰ, ਸਾਡੇ ਲੰਗਰਾਂ ਤੇ ਵੀ ਹੰਕਾਰ, ਸਾਡੀਆਂ ਲੜੀਆਂ ਤੇ ਵੀ ਹੰਕਾਰ, ਸਾਡੀਆਂ ਕਥਾਵਾਂ ਤੇ ਵੀ ਹੰਕਾਰ।
ਅਸੀਂ ਧਰਮ ਸੱਚ ਪੁੱਛੋ ਤੇ ਕੱਟ ਦਿੱਤਾ, ਬਹੁਤਾ ਬਹੁਤਾ ਅਸਾਂ ਆਪਣਾ ਆਪਾ ਦਿੱਤਾ। ਆ ਜਾ ਸਾਡੇ ਸਨ ਸਿਸਟਮ ਚ। ਜਿਸ ਬਾਬੇ ਨਾਨਕ ਦੀਆਂ ਬਾਹਾਂ ਇੰਨੀਆਂ ਖੁੱਲੀਆਂ ਸੀ, ਦਿਓ ਰਾਮ ਸੀਤ ਸੋਈ ਪੂਜਾ ਨਿਮਾਜ ਉਹੀ ਮਾਨਸ ਸਭੇ ਏਕ ਪੈ ਅਨੇਕ ਕੋ ਪ੍ਰਭਾਵ ਹੈ। ਆ ਬਾਬਾ ਵੇਖ, ਤੂੰ ਸਾਰੇ ਮੁਲਕਾਂ ਨੂੰ ਇਕੱਠੀਆਂ ਕਰਕੇ ਇੱਕ ਮਰਦਾਨਾ ਤਿਆਰ ਕੀਤਾ ਸੀ, ਅੱਜ ਤੇਰਾ ਮਰਦਾਨਾ ਖਵਾਉਣ ਵਾਲਾ ਸੱਚ ਪੁੱਛੇ ਤੇ ਆਪੋ ਵਿੱਚ ਵੰਡੀ ਪਾਉਣ ਨੂੰ ਤਿਆਰ ਹੈ। ਤੂੰ ਪੰਜਾਂ ਪ੍ਰਦੇਸ਼ਾਂ ਦੇ ਪੰਜਾਂ ਪ੍ਰਦੇਸ਼ਾਂ ਦੀਆਂ ਬੋਲੀਆਂ ਵਾਲੀਆਂ ਨੂੰ, ਪੰਜਾਂ ਪ੍ਰਦੇਸ਼ਾਂ ਦੇ ਬਾਣੀਆਂ ਵਾਲੀਆਂ ਨੂੰ ਇੱਕ ਖੰਡੇ ਦੀ ਧਾਰ ਵਿੱਚ ਲਿਆ ਕੇ ਬਿਠਾ ਦਿੱਤਾ ਸੀ, ਅੱਜ ਤੇਰੇ ਘਰ ਵਿੱਚ ਪੈਦਾ ਹੋ ਕੇ ਪੰਜ ਇਕੱਠੇ ਹੋਣ ਨੂੰ ਤਿਆਰ ਨਹੀਂ। ਕਿਵੇਂ ਸ਼ਾਂਤੀ ਲੱਭੋਗੇ ਜੀ? ਕਿਵੇਂ ਸੁੱਖ ਲੱਭੇਗਾ ਜੀ? ਇਸ ਪੱਖ ਤੋਂ ਸਾਡੇ ਪੰਥ ਨੂੰ ਕਿਵੇਂ ਬੰਨਣਾ ਡਹੇਗਾ? ਕਿਵੇਂ ਕੋਈ ਰੋਕ ਪਾਏਗਾ? ਮਹਾਰਾਜ ਖਿੰਡ ਗਏ ਆ, ਸਾਡਾ ਸਿਮਰਨ ਇੱਕ ਨਹੀਂ ਰਿਹਾ, ਸਾਡਾ ਨਿਤਨੇਮ ਇੱਕ ਨਹੀਂ ਰਿਹਾ। ਜੇ ਕੌੜਾ ਬਚਨ ਚੱਲੋ ਤੇ ਸਾਡਾ ਤੇ ਵਾਹਿਗੁਰੂ ਦਾ ਉਚਾਰਨ ਵੀ ਇੱਕ ਨਹੀਂ ਰਿਹਾ। ਅਸਾਂ ਗੁਰਦੁਆਰੇ ਵੀ ਵੰਡ ਲਏ, ਅਸਾਂ ਪੰਥ ਵੀ ਵੰਡ ਲਿਆ, ਜਿਹਦਾ ਪ੍ਰਤੱਖ ਸਬੂਤ ਹੈ। ਕੋਈ ਕਹਿੰਦਾ ਮੈਂ ਕਿਸੇ ਦਿਨ ਨੂੰ ਗੁਰਪੁਰਬ ਮਨਾਵਾਂਗਾ, ਮੁਬਾਰਕ ਹੈ, ਜਦੋਂ ਮਰਜ਼ੀ ਮਨਾ ਲਿਓ, ਪਰ ਮਨਾਇਓ ਜ਼ਰੂਰ। ਕਿਉਂ? ਅਸਾਂ ਇਸ ਕਰਕੇ ਨਹੀਂ ਮਨਾਉਣਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖੁਸ਼ ਹੋ ਜਾਏ, ਅਸੀਂ ਇਸ ਕਰਕੇ ਮਨਾਉਣਾ ਹੈ ਕਿ ਸਾਡੇ ਅੰਦਰ ਦਾ ਸੇਵਾ ਕਿਸੇ ਤਰ੍ਹਾਂ ਨਿਕਲ ਜਾਏ। ਜਦੋਂ ਅਸੀਂ ਤੁਸੀਂ ਆਪਣੇ ਬੱਚਿਆਂ ਦਾ ਬਰਥਡੇ ਮਨਾਉਣੇ, ਭਾਵੇਂ ਮੈਨੂੰ ਇੱਕ ਈਸਾਈ ਪਾਦਰੀ ਦੀ ਚੋਂਬ ਨਹੀਂ ਭੁੱਲਦੀ, ਕਹਿੰਦਾ ਸੀ ਗੁਰਮਤਿ ਅਨੁਸਾਰ ਬਰਥਡੇ ਮਨਾਉਣੇ ਜਾਇਜ਼ ਨੇ। ਮੈਂ ਕਿਹਾ ਬਿਲਕੁਲ ਉਹ ਨਹੀਂ, ਗੁਰਮਤਿ ਤਾਂ ਓਨਾ ਹੀ ਖੁਸ਼ ਹੁੰਦਾ ਜੇ ਕੋਈ ਜੰਮ ਪਏ ਤੇ, ਜੇ ਕੋਈ ਮਰ ਜਾਏ ਤੇ ਓਨਾ ਹੀ ਖੁਸ਼ੀ ਹੁੰਦਾ ਹੈ। ਉਹਦੇ ਆਖਦਾ ਜਾਂਕੋ ਭੇਜਿਆ ਤਿੰਨੇ ਬੁਲਾਏ, ਜਿਹਨੇ ਭੇਜਿਆ ਸੀ ਉਹਨੇ ਸੱਦ ਲਿਆ। ਉਹਦੇ ਵਾਸਤੇ ਤਾਂ ਸੱਚ ਪੁੱਛੋ ਜਨਮ ਮਰਨ ਦੋਹੂੰ ਮੈਂ ਨਾ ਕੀ, ਉਹ ਤਾਂ ਇਹਨਾਂ ਤੋਂ ਉੱਪਰ ਉੱਠ ਜਾਂਦਾ ਹੈ। ਪਰ ਇੱਕ ਗੱਲ ਤੇ ਹੈ ਨਾ ਜੀ, ਅਸੀਂ ਤੁਸੀਂ ਕਈ ਵਾਰੀ ਸਾਡੇ ਨਿਆਣੇ ਇੱਕ ਦੂਜੇ ਨਾਲ ਇਸੇ ਕਰਕੇ ਸਹਿਮਤੀ ਕਰ ਲੈਂਦੇ ਨੇ ਵੀ ਅੱਜ ਮੇਰਾ ਬਰਥਡੇ ਹੈ, ਚੱਲ ਭਾਈ ਤੂੰ ਮੰਨ ਜਾ ਜੇ ਮੇਥੋਂ ਗਲਤੀ ਹੋ ਗਈ ਤੇ। ਗੁਰੂ ਦੀ ਖੁਸ਼ੀ ਲੈਣ ਵਾਸਤੇ ਮਨਾਇਓ, ਆਪਣੀ ਆਪਣੀ ਹੋਮੇ ਨੂੰ ਪੱਠੇ ਪਾਉਣ ਵਾਸਤੇ ਨਾ ਮਨਾਇਓ। ਗੁਰੂ ਦੇ ਗੁਣ ਗਾਇਨ ਕਰਨ ਵਾਸਤੇ ਮਨਾਇਓ, ਆਪਣੇ ਮਨ ਦੀ ਜਿੱਦ ਪਗਾਉਣ ਵਾਸਤੇ ਨਾ ਮਨਾਇਓ। ਅੱਜ ਤੇ ਸਿੱਖ ਹਰ ਗੱਲ ਤੇ ਜਿੱਦ ਕਰੀ ਬੈਠਾ ਹੈ, ਇੱਕ ਕਹਿੰਦਾ ਮੱਥਾ ਇੰਨਾ ਟੇਕਣਾ ਚਾਹੀਦਾ, ਇੱਕ ਕਹਿੰਦਾ ਹੱਥ ਇੱਦਾਂ ਜੋੜਨੇ ਚਾਹੀਦੇ ਹੈ, ਇੱਕ ਕਹਿੰਦਾ ਤੁਰਨਾ ਇੱਦਾਂ ਚਾਹੀਦਾ, ਇੱਕ ਕਹਿੰਦਾ ਬਹਿਣਾ ਇੰਨਾ ਚਾਹੀਦਾ, ਇੱਕ ਕਹਿੰਦਾ ਜੇ ਵਾਹਿਗੁਰੂ ਵੀ ਆਖਣਾ ਤੇ ਸਵਾਸ ਇੱਦਾਂ ਖਿੱਚਣਾ ਚਾਹੀਦਾ, ਉਹ ਤੇਰਾ ਭਲਾ ਹੋ ਜਾਏ। ਕਿੱਥੇ ਏਕਤਾ ਤੇ ਇਤਫਾਕ ਰਹਿ ਗਿਆ ਜੀ? ਅਸੀਂ ਕਿਤੇ ਧਰਮ ਦੇ ਨਾਂ ਤੇ ਹੰਕਾਰ ਦਾ ਡੇਰਾ ਤੇ ਪੱਕਾ ਨਹੀਂ ਕਰ ਰਹੇ? ਮੇਰੇ ਦਾਤਾ ਜੀ ਨੇ ਸੁਤੇ ਸਿੱਧਾ ਦੇ ਪਾਵਨ ਬਖਸ਼ਿਸ਼ ਕੀਤਾ, ਲੜੀਵਾਰ ਵਿਚਾਰ ਜੋ ਮੇਰੇ ਸ਼ਹਿਨਸ਼ਾਹ ਆਲਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਚੱਲਦਾ ਹੈ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਇੱਕ ਤੁਸੀਂ ਮੈਨੂੰ ਮੁਆਫੀ ਦੇ ਦਿਓ, ਉਹ ਇਸ ਗੱਲ ਦੀ
ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਮੁੱਚੀ ਮਾਨਵਤਾ ਦਾ ਗੁਰੂ ਤੇ ਉਪਦੇਸ਼ਕ ਮੰਨ ਕੇ ਤੁਰਦਾ, ਮੇਰੇ ਵਾਸਤੇ ਅਰਥ ਆਪਣੇ ਆਪ ਵੱਖਰੇ ਹੋ ਜਾਂਦੇ ਨੇ। ਤੁਸੀਂ ਆਖੋ ਕਿ ਕਿਵੇਂ, ਮੈਨੂੰ ਤੁਸੀਂ ਸਵਾਲ ਕਰਦੇ ਹੋ ਕਿਸੇ ਪੰਜਾਬਣ ਮਾਂ ਦੀ ਬਾਤ ਕਹੋ ਤੇ ਉਹ ਮਾਂ ਹੋਰ ਤਰ੍ਹਾਂ ਦੀ ਹੋਏਗੀ, ਦੁਨੀਆਂ ਦੀ ਮਾਂ ਦੀ ਬਾਤ ਕਰਾਂਗਾ ਤੇ ਐਟੋਮੈਟਿਕ ਬਦਲ ਜਾਏਗੀ, ਪੰਜਾਬਣ ਮਾਂ ਦਾ ਪੰਜਾਬੀ ਕਲਚਰ ਹੋਏਗਾ, ਦੁਨੀਆਂ ਦੀ ਮਾਂ ਦਾ ਕਲਚਰ ਇੱਕ ਪਾਸੇ ਰਹਿ ਜਾਏਗਾ, ਦੁਨੀਆਂ ਦੀ ਮਾਂ ਦਾ ਬਾਣਾ ਇੱਕ ਪਾਸੇ ਹੋ ਜਾਏਗਾ, ਦੁਨੀਆਂ ਦੀ ਮਾਂ ਦੀ ਬੋਲੀ ਇੱਕ ਪਾਸੇ ਹੋ ਜਾਏਗੀ, ਦੁਨੀਆਂ ਦੇ ਮਾਂ ਦੇ ਗੁਣ ਵੱਖਰੇ ਹੋ ਜਾਣਗੇ, ਪੰਜਾਬਣ ਮਾਂ ਦੇ ਵੱਖਰੇ ਹੋਣਗੇ। ਇਸ ਕਰਕੇ ਕਈ ਵਾਰੀ ਆਖਿਆ ਕਰਦਾ, ਜਦੋਂ ਗੁਰੂ ਨਾਨਕ ਦੇ ਦਿੱਤੇ ਹੋਏ ਫਲਸਫੇ ਮੁਤਾਬਕ ਅਰਥ ਕਰਦਾ ਸੱਚ ਪੁੱਛੋ ਤੇ ਫਿਰ ਸਾਰੀਆਂ ਵਿਆਕਰਨ ਦੀਆਂ ਤਜੀਆਂ ਉੱਡ ਜਾਂਦੀਆਂ ਨੇ। ਕਿਉਂ? ਉਹ ਆਂਦਾ ਹੈ ਨਾ ਜੀ, ਅਸੀਂ ਤੁਸੀਂ ਪੜ੍ਹਦੇ ਰਹੇ ਵਲੇ ਅੱਲੇ ਨੂਰਿਉ ਪਾਇਆ, ਕਿੱਥੇ ਸਮਝਦੇ ਆ ਜੀ, ਮੈਂ ਤੇ ਨਾ ਮੇਰਾ ਪੁੱਤ, ਮੈਂ ਨਾ ਮੇਰੀ ਧੀ, ਇਹਦੀ ਪਕੜ ਕਰਦਿਆਂ ਕਰਦਿਆਂ ਇਹ ਮੇਰਾ ਧਰਮ, ਇਹ ਮੇਰਾ ਗੁਰਦੁਆਰਾ, ਇਹ ਮੇਰਾ ਇਖਲਾਕ, ਉਹ ਤੇਰਾ ਭਲਾ ਜੇ ਰੱਬ ਦਾ ਕਿੱਥੇ ਰਹਿ ਗਿਆ ਜੀ। ਇਸੇ ਤਰ੍ਹਾਂ ਅਸੀਂ ਦੋ ਪੱਖ ਨੇ, ਨਿਆਣਿਆਂ ਵਾਂਗ ਕਈ ਵਾਰੀ ਗੁਰੂ ਤੇ ਵੀ ਲੜ ਪੈ, ਨਾ ਪਿਆਰੇ ਏਦਾਂ ਨਾ ਲੜਿਓ। ਕੋਈ ਕਹਿੰਦਾ ਬਾਬਾ ਨਾਨਕ ਚੰਗਾ ਲੱਗਦਾ, ਕੋਈ ਕਹਿੰਦਾ ਕਲਗੀਆਂ ਵਾਲਾ ਚੰਗਾ ਲੱਗਦਾ, ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਚੰਗਾ ਲੱਗਦਾ, ਬਹੁਤਿਆਂ ਨੂੰ ਤੇ ਟੂਣੇ ਟਾਮਣ ਵਾਂਗੂ ਹੀ ਗੁਰੂ ਚੰਗਾ ਲੱਗਦਾ। ਗੁਸਤਾਖੀ ਦੀ ਮੁਆਫੀ, ਸਤਿਗੁਰੂ ਪਾਤਸ਼ਾਹ ਜੀ ਅੱਜ ਚੱਲ ਰਹੇ ਵਿਚਾਰ ਵਿੱਚ ਕਿਰਪਾ ਕਰਕੇ ਕਹਿੰਦੇ ਨੇ ਮੈਨੂੰ ਮਹਾਰਾਜ ਨੇ ਜਦੋਂ ਸੋਝੀ ਦਿੱਤੀ ਨਾ, ਪੰਚ ਰੁਸਾਏ ਪੰਚ ਮਨਾਏ ਪੰਚ ਗਵਾਏ, ਇਹ ਕੀ ਨੇ ਜੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਨੂੰ ਕੱਢ ਦਿੱਤਾ। ਮਨਾਇਆ ਕਿਹਨਾਂ ਨੂੰ, ਧਰਮ ਧੀਰਜ ਦਇਆ ਸਤ ਸੰਤੋਖ, ਇਹਨਾਂ ਨੂੰ ਮਨਾ ਲਿਆ। ਪੰਜਾਂ ਨੂੰ ਘਰੋਂ ਕੱਢ ਦਿੱਤਾ, ਬੇਘਰ ਕਰ ਦਿੱਤਾ, ਪੰਜਾਂ ਨਾਲ ਘਰ ਵਸ ਗਿਆ। ਇਨ ਬਿਦ ਨਗਰ ਬੁੱਢਾ ਮੇਰੇ ਭਾਈ, ਇਸ ਤਰ੍ਹਾਂ ਮੇਰੇ ਸਰੀਰ ਦਾ ਹਿਰਦਾ ਇਹ ਦੇਹੀ ਕਾਮ ਕ੍ਰੋਧ ਨਗਰ ਬਹੁ ਭਰਿਆ, ਮੇਰੇ ਸਾਧੂ ਖੰਡਲ ਖੰਡਾ ਗਏ। ਹੁਣ ਬਈ ਸਮੇਂ ਦੀ ਸੂਈ ਨਹੀਂ ਮੁਆਫ ਕਰਦੀ, ਮੈਂ ਕੀ ਕਰਾਂ। ਮੇਰੇ ਦਾਤਾ ਜੀ ਬਖਸ਼ਿਸ਼ ਕਰਕੇ ਕਹਿੰਦੇ ਨੇ ਜਦੋਂ ਗੁਰੂ ਨੇ ਬੰਨਾ ਦੇ ਦਿੱਤਾ ਤੇ ਫਿਰ ਕੀ ਹੁੰਦਾ ਹੈ, ਉਠਤ ਸੁਖੀਆਂ ਬੈਠਤ ਸੁਖੀਆਂ ਪਾਉ ਨਹੀਂ ਲਾਗੈ ਜਾਂ ਐਸੇ ਬੁੱਝੀਆ, ਤੁਸੀਂ ਵੀ ਬੁੱਝ ਸਕਦੇ ਹੋ, ਖਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ, ਜਿਹਨਾਂ ਜਾਣ ਲਿਆ ਵੀ ਉਹ ਰੱਖਿਆ ਕਰਨ ਵਾਲਾ ਹੈ, ਸੱਚ ਪੁੱਛੋ ਨੀਹਾਂ ਚ ਚਿਣਕੇ ਵੀ ਆਪਣੇ ਆਪੇ ਨੂੰ ਸਦਾ ਜਿਉਂਦਾ ਕਰ ਗਏ, ਉਹਨਾਂ ਨੂੰ ਡਰ ਕੋਈ ਨਹੀਂ ਆਇਆ। ਸੋਏ ਅਚਿੰਤਾ ਜਾਗੀ ਅਚਿੰਤਾ ਜਹਾਂ ਕਾ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਜੁੜਿਆ। ਭਾਵੇਂ ਉਹਨਾਂ ਦੀ ਬਾਹਰ ਦੀ ਹਾਲਤ ਪੰਜਵੇਂ ਸਤਿਗੁਰੂ ਜੀ ਨੇ ਇੱਕ ਥਾਂ ਤੇ ਬੜੀ ਪਿਆਰੀ ਖਿੱਚੀ ਹੈ, ਬਸਤਾ ਤੂਟੀ ਝੌਂਪੜੀ ਚੀਰ ਸਭ ਚੀਨਾ, ਜਾਤ ਨਾ ਪਤ ਨਾ ਯਾਦ ਰੋਈ ਉਦਿਆਨ ਪ੍ਰਮੀਨਾ, ਮਿੱਤਰ ਨਾ ਇਟ ਤਨ ਰੂਪਹੀਨ ਕਿਛ ਸਾਖ ਨਾ ਸਿਨਾ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਪੁੱਛੀਏ ਤੇ ਫਿਰ ਵਾਂਦੇ, ਸ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਇਹਦੇ ਕੋਲੋਂ ਹੈ ਕੀ ਮਿਲੇਗਾ ਜੀ, ਤਿਸ ਕੀ ਤੂੜ
ਮਨ ਹੀ ਉਧਰੇ ਵਿਗੜਿਆ ਹੋਇਆ ਮਨ ਜਿਹੜਾ ਸੰਸਾਰ ਦੇ ਮਾਇਆ ਦੇ ਪਦਾਰਥਾਂ ਦਾ ਭੁੱਖਾ ਲੱਭਦਾ ਫਿਰਦਾ ਹੈ ਤੇ ਫਿਰ ਆਪ ਹੀ ਗੁਰੂ ਕੋਲ ਆਣ ਕੇ ਆਂਦਾ ਯਾਰ ਮਾਇਆ ਤੇ ਬੜੀ ਹੋ ਗਈ ਪਰ ਸ਼ਾਂਤੀ ਨਹੀਂ ਮਿਲੀ। ਸੁਖ ਨਾਹੀ ਬਹੁਤੇ ਧਨ ਖਾਟ ਸੁਖ ਨਾਹੀ ਪੈਖੇ ਨਿਰਤ ਨਟ। ਇਸ ਬਿਰਤੀ ਤੋਂ ਮੇਰੇ ਦਾਤਾ ਨੇ ਬਖਸ਼ਿਸ਼ ਕਰਕੇ ਆਉਂਦੇ ਨੇ ਸੋਹਰਟ ਮਹੱਲਾ ਪੰਜਵਾਂ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੋ ਹਰਿਮੰਦਰ ਵਿੱਚ ਬੈਠੇ ਨੇ ਤਾਂ ਵੀ ਸ਼ਾਂਤ ਨੇ, ਤੱਤੀ ਤਵੀ ਤੇ ਬੈਠੇ ਨੇ ਤਾਂ ਵੀ ਸ਼ਾਂਤ ਨੇ। ਇੱਥੇ ਆਣ ਕੇ ਬਹੁਤੀ ਖੁਸ਼ੀ ਨਹੀਂ ਤੇ ਉੱਥੇ ਜਾ ਕੇ ਬਹੁਤਾ ਦੁੱਖ ਨਹੀਂ। ਉੱਥੇ ਜਾ ਕੇ ਵੀ ਉਸ ਸਤਿ ਤੇ ਪਹੁੰਚ ਕੇ ਵੀ ਆਉਂਦੇ ਨੇ ਉਲਾਹਨੋ ਮੈਂ ਨੀ ਅਲਾਮਾ ਦਿੱਤਾ ਮੈਂ ਕਾਹੂ ਨਾ ਦੀਓ। ਅੱਜ ਤੱਕ ਵੀ ਅਸੀਂ ਕੋਈ ਸੱਚ ਪੁੱਛੋ ਕਿਸੇ ਨੂੰ ਦੋਸ਼ੀ ਮੰਨਦੇ ਕੋਈ ਕਿਸੇ ਨੂੰ ਦੋਸ਼ੀ ਮੰਨਦੇ ਗੁਰੂ ਕੋਲੋਂ ਪੁੱਛੀਏ ਤੇ ਆਂਦਾ ਮੈਨੂੰ ਦੋਸ਼ੀ ਕੋਈ ਨੀ, ਇਹ ਤਾਂ ਰੱਬ ਦੀ ਖੇਡ ਹੈ। ਉਲਾਹਨੋ ਮੈਂ ਕਾਹੂ ਨਾ ਦੀਓ ਮਨ ਮੀਟ ਤੁਹਾਰੋ ਕੀਓ ਤੇਰਾ ਕੀਆ ਮਿਟਾ ਲਗੈ ਤੇਰੀ ਕੀ। ਇਹਨੂੰ ਹੁਣ ਮੈਂ ਕਿੱਦਾਂ ਖੋਲਾਂ ਜੀ? ਜਪੀ ਸਾਹਿਬ ਜੀ ਨੂੰ ਕਿਤੇ ਧਿਆਨ ਨਾਲ ਪੜਿਓ। ਕੇਤੇ ਦੁੱਖ ਭੁੱਖ ਸਦ ਮਾਰ ਕੇਤੇ ਦੁੱਖ ਭੁੱਖ ਸਦ ਮਾਰ। ਮੈਂ ਤੀਜੀ ਵਾਰੀ ਦੜਾਉਣ ਲੱਗਾ ਕੇਤੇ ਦੁੱਖ ਭੁੱਖ। ਕਈਆਂ ਨੂੰ ਦੁੱਖ ਦਿੰਦੇ ਹੋ ਭੁੱਖ ਦਿੰਦੇ ਹੋ ਤੇ ਫਿਰ ਸਦਾ ਹੀ ਇਹਦੇ ਚ ਰੱਖਦੇ ਹੋ। ਇਹ ਨੀ ਵੀ ਦੋ ਚਾਰ ਦਿਨ ਵਾਸਤੇ, ਪੰਜ ਸੱਤ ਦਿਨ ਵਾਸਤੇ ਸਿਰ ਪੀੜ ਹੋਈ, ਦੋ ਚਾਰ ਦਿਨ ਤਾਪ ਚੜਿਆ, ਦੋ ਤਿੰਨ ਦਿਨ ਹੱਡੀ ਟੁੱਟੀ ਫਿਰ ਠੀਕ ਠਾਕ ਹੋ ਗਿਆ, ਨਹੀਂ ਸਦ ਮਾਰ ਤੇ ਫਿਰ ਉਹ ਤੇਰੇ ਦਿੱਤੇ ਹੋਏ ਦੁੱਖ ਵਿੱਚੋਂ ਤੇਰੀ ਦਾਤ ਸਮਝ ਕੇ ਕੀ ਆਉਂਦੇ ਨੇ ਇਹ ਪੇ ਦਾਤ ਤੇਰੀ ਦਾਤ ਹਰ ਕਾਰ ਮਿਲ ਜੇ ਤੇ ਮਗਰ ਲਿਖਾ ਲੈਂਦੇ ਨੇ ਵੀ ਇਹ ਵੀ ਦਾਤ ਤੇਰੀ ਦਾਤ ਹਰ। ਔਰ ਇਹਦਾ ਅਰਥ ਇਹ ਨਹੀਂ ਗਾ ਚੰਗੀ ਕੋਠੀ ਮਿਲੇ ਉੱਥੇ ਲਿਖਾ ਲੈਂਦੇ, ਪਰ ਇਹਦਾ ਅਰਥ ਇਹ ਨਹੀਂ ਹੈ ਚੰਗਾ ਰਿਸ਼ਤਾ ਮਿਲੇ ਤੇ ਉੱਥੇ ਜ਼ਾਹਰ ਕਰਦੇ। ਨਹੀਂ ਪਿਆਰਿਆ, ਜੇ ਸੁੱਖ ਵਿੱਚ ਰੱਬ ਨੂੰ ਚੇਤੇ ਕਰਦਾ ਕਿਤੇ ਦੁੱਖ ਆ ਜਾਏ ਤਾਂ ਵੀ ਉਸ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰੇ। ਬਿਰਤੀ ਕਿਤੋਂ ਮਿਲੇਗੀ? ਉਹ ਪੰਜਵੇਂ ਸਤਿਗੁਰੂ ਜੀ ਬਖਸ਼ਿਸ਼ ਕਰਕੇ ਰਾਗ ਸੋਟ ਵਿੱਚ ਕਿਰਪਾ ਕਰਕੇ ਨੇ ਪਰਮੇਸ਼ਰ ਦਿੱਤਾ ਬੰਨਾ, ਜਿਹਨੂੰ ਜਿਹਨੂੰ ਪਰਮਾਤਮਾ ਨੇ ਬੰਨ ਮਾਰ ਦਿੱਤਾ ਭਾਵੇਂ ਰੁਕਾਵਟ ਪਾ ਦਿੱਤੀ ਉਹਨੂੰ ਹੰਕਾਰ ਨਹੀਂ ਆਏਗਾ, ਹੰਕਾਰ ਨਹੀਂ ਆਏ, ਗੁਰੂ ਦਾ ਚੇਤਾ ਨਹੀਂ ਭੁੱਲੇਗਾ। ਗੁਰੂ ਦਾ ਚੇਤਾ ਨਾ ਭੁੱਲੇ ਤਾਂ ਮੈਂ ਏਦਾਂ ਕਹਿ ਸਕਦਾ ਹਾਂ, ਸਵੇਰ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਮਾਂ ਆਂਦੀ ਆ ਪੁੱਤ ਘਰ ਤੇਰੇ ਕੋਲ ਹੈ ਕੱਪੜੇ ਤੇਰੇ ਕੋਲ ਨੇ ਜੇ ਮੈਂ ਬਾਹਰ ਚਲੀ ਗਈ ਕੀ ਫਿਰ? ਕਹਿੰਦਾ ਮਾਂ ਸੱਚ ਪੁੱਛੇ ਤੂੰ ਘਰ ਹੋਵੇ ਤੇ ਸਵਰਗ ਲੱਗਦਾ ਹੈ, ਜੇ ਤੂੰ ਘਰੋਂ ਚਲੀ ਜਾ ਤੇ ਮੇਰੇ ਵਾਸਤੇ ਇਹ ਘਰ ਵੀ ਘਰ ਨਹੀਂ ਹੈ। ਕਿੱਦਾਂ ਜੀ ਉਹ ਪੰਕਤੀ? ਤੂੰ ਵਿਸਰੇ ਤਾਂ ਸਭ ਕੋ ਲਾਗੂ ਚੀਤੀਆਂ ਮੈਂ ਤਾਂ ਸੇਵਾ ਦੁੱਖ ਤਦੇ ਜਾਂ ਵਿਸਰ ਜਾਵੇ ਭੁੱਖ ਵੀ ਆਪੇ ਬਹੁ ਵਿਦ ਧਾਮੈ। ਮੇਰੇ ਦਾਦਾ ਜੀ ਬਖਸ਼ਿਸ਼ ਕਰਕੇ ਆਉਂਦੇ ਨੇ ਪਰਮੇਸ਼ਰ ਦਿੱਤਾ ਬੰਨਾ, ਜਿਹਨੂੰ ਰੱਬ ਨੇ ਸੱਚ ਪੁੱਛੋ ਬੰਨ ਮਾਰ ਦਿੱਤਾ ਦੁੱਖ ਰੋਗ ਕਾ ਡੇਰਾ ਭੰਨਾ, ਉਹਦੇ ਦੁੱਖਾਂ ਦਾ ਰੋਗਾਂ ਦਾ ਡੇਰਾ ਹੀ ਭੱਜ ਗਿਆ। ਆਨੰਦ ਕਰੇ ਨਰ ਨਾਰੀ ਅੱਖਾਂ ਹੁਣ ਮਸਤੀ ਚ ਰਹਿੰਦੀਆਂ ਨੇ, ਪਹਿਲਾਂ ਰੂਪ ਦੱਕ ਕੇ ਲਭਾਇਮਾਨ ਹੁੰਦੀਆਂ ਸਨ, ਆਪਣਾ ਆਸਣ ਡੋਲ ਜਾਂਦਾ ਸੀ, ਹੁਣ ਅੱਖਾਂ ਨਾਲ ਵੇਂਦਾ ਤੇ ਸ਼ਾਂਤੀ ਮਿਲਦੀ ਹੈ। ਧੰਨ ਹੈ ਇਸ ਰੂਪ ਵਿੱਚ ਵੀ ਤੁਸੀਂ ਤੁਰੇ ਫਿਰਦੇ ਹੋ, ਇਸ ਰੰਗ ਵਿੱਚ ਵੀ ਤੁਸੀਂ ਕਹੂੰ ਕਾਮ ਕੀ। ਹੁਣ ਮੈਂ ਦਸਵੇਂ ਪਾਤਸ਼ਾਹ ਨੂੰ ਸ਼ੁਰੂ ਕਰ ਲਿਆ, ਸਮਾਂ ਲੱਗ ਜਾਣਾ। ਮੇਰੇ ਦਾਤਾ ਜੀ ਕਹਿੰਦੇ ਨੇ ਉਹਨੇ ਰਹਿਮਤ ਕਰਤੀ ਸੰਤ ਸੁਖ ਹੋਆ ਸਭ ਥਾਈ,
ਜਿਨ੍ਹਾਂ ਨੇ ਏਦਾਂ ਮਨ ਨੂੰ ਪਾਰ ਬ੍ਰਹਮ ਨਾਲ ਲਾ ਲਿਆ, ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰ ਲਿਆ, ਰਹਿਮਤ ਹੋ ਗਈ, ਗਿਆਨ ਦੀ ਦਾਤ ਮਿਲ ਗਈ, ਅਤੇ ਉਹਨਾਂ ਵਾਸਤੇ ਸਾਰੀਆਂ ਥਾਵਾਂ ਤੇ ਸੁੱਖ ਹੈ, ਭਾਵੇਂ ਚਰਖੜੀ ਤੇ ਕੋਈ ਚਾੜਦੇ ਤੇ ਭਾਵੇਂ ਬੰਦ ਬੰਦ ਕੱਟਦੇ। ਪਾਰ ਬ੍ਰਹਮ ਪੂਰਨ ਪਰਮੇਸ਼ਰੋਂ ਪਰੇ ਤੋਂ ਪਰੇ, ਜਿਹੜਾ ਸਾਰਿਆਂ ਤੋਂ ਉੱਤੇ ਹੈ, ਹਰ ਥਾਂ ਤੇ ਪੂਰਿਆ ਹੋਇਆ। ਰਾਮ ਰਿਆ ਜਬਨੀ ਜਾਈ, ਉਹਨਾਂ ਹਰ ਥਾਂ ਤੇ ਉਹਦੀ ਹੋਂਦ ਨੂੰ ਮਹਿਸੂਸ ਯਾਦ ਕਰ ਲਈ। ਤੁਰਕੀ ਬਾਣੀ ਆਈ, ਉਹਨਾਂ ਦੇ ਪਿਆਰੇ ਹੋਏ ਤੇ ਤੁਰਦਾ ਗਿਆਨ ਹੈ, ਬਖਸ਼ਿਸ਼ ਕੀਤਾ ਹੋਇਆ। ਤੈਨ ਸਗਲੀ ਚਿੰਤ ਮਟਾਈ, ਜਿਨ੍ਹਾਂ ਨੇ ਆਪਣਾ ਆਪਾ ਉਸ ਧੁਰ ਦੇ ਹੁਕਮ ਦੀ ਆਈ ਹੋਈ ਗੁਰਬਾਣੀ ਦੇ ਅਰਥਾਂ ਨੂੰ, ਜ਼ਿੰਦਗੀ ਨੂੰ, ਹੁਕਮ ਨੂੰ ਆਪਣੀ ਜ਼ਿੰਦਗੀ ਵਿੱਚ ਧਾਰ ਲਿਆ। ਉਹਨਾਂ ਨੇ ਸਾਰੀਆਂ ਚਿੰਤਾ ਮਿਟਾ ਦਿੱਤੀਆਂ, ਵੀ ਆਪੇ ਫਿਕਰ ਪਰਮਾਤਮਾ ਨੂੰ ਹੋਏਗਾ। ਦਇਆਲ ਪੁਰਖ ਮਿਹਰਬਾਨਾ, ਫਿਰ ਡਰਿਆ ਹੋਇਆ ਮਨੁੱਖ ਕਈ ਵਾਰੀ ਕਹਿੰਦਾ ਮੈਂ ਤੇ ਪਾਪ ਬੜੇ ਕੀਤੇ। ਫਿਰ ਗੁਰੂ ਆਖਦਾ ਨਾ ਭਾਈ, ਉਹ ਤੇ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਗਾਰ, ਜਿਨ ਪਦਾਇਚ ਤੂੰ ਕੀਆ ਸੋਈ ਦੇ। ਉਹ ਬਈ ਉਹ ਤੈਨੂੰ ਆਧਾਰ ਦੇਗਾ। ਦਇਆਲ ਪੁਰਖ ਮਿਹਰਬਾਨਾ, ਇੱਕ ਗੱਲ ਯਾਦ ਰੱਖ, ਦਇਆ ਦਾ ਘਰ ਹੋਈ ਸਾਰਿਆਂ ਤਵਾਂ ਤੇ ਪੂਰਿਆ ਹੋਇਆ, ਉਹਦੇ ਵਰਗੀ ਮਿਹਰ ਹੋਰ ਕੋਈ ਕਰ ਨਹੀਂ ਸਕਦਾ। ਹਰ ਨਾਨਕ ਸਾਚ ਮਖਾਨਾ, ਇਹ ਪਰ ਗੁਰੂ ਨੇ ਸੱਚ ਸਾਹਮਣੇ ਪ੍ਰਗਟ ਕਰਕੇ ਦੱਸ ਦਿੱਤਾ, ਜਿਹਦੇ ਤੇ ਫਿਰ ਮਨੁੱਖ ਦਾ ਵਿਸ਼ਵਾਸ ਟਿਕ ਜਾਂਦਾ। ਜਿਹਨਾਂ ਦਾ ਵਿਸ਼ਵਾਸ ਟਿਕ ਗਿਆ, ਉਹਨਾਂ ਦਾ ਲੋਕ ਵੀ ਸੁਖੀਆ ਹੋ ਗਿਆ, ਪਰਲੋਕ ਵੀ ਸੁਹੇਲਾ ਹੋ ਸਕੇਗਾ ਜੀ। ਹਾਰਦਿਕ ਆਪਣੀ ਸਾਰਿਆਂ ਦਾ ਧੰਨਵਾਦ, ਭੁੱਲੇ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।